हाँ जी सत श्री अकाल जी सारयां नूं। दोस्तों एक होर वीडियो विच तुहाडा स्वागत है। अज असीं आए हां जिला तरन तारण तहसील पट्टी। जिवें कि तुहानूं पता ही है पट्टी तहसील दीआं जुत्तियां सारे पंजाब दे विच बहुत मशहूर है। सुरिंदर कौर जी दा एक गाना आया ही बहुत साल पहलों, जुत्ती कसूरी पैरी ना पूरी हाए वे रब्बा सानूं तुरना पिया। ओह गाना जिन्ना उदों मशहूर ही अज दे टाइम दे विच वी दोस्तों गाना उन्ना ही प्रचलित है। ए भाजी हुणी आ अमरचंद, अमर लक्की जुत्ती आले, बाकी आओ इन्हां नाल गलबात करदे आ। हां जी सत श्री अकाल भाजी। सत श्री अकाल जी, की हाल चाल जी? बहुत वधिया बैठो सर। भाजी तुहाडी जुत्तियां दे बहुत दूर दूर तक चर्चे आ, पंजाबी जुत्ती लक्की जुत्ती। हां जी हां जी, की खास है ताडी इन्ना पंजाबी जुत्ती दे विच? भी बॉलीवुड एक्ट्रेस अरफान खान स्पेशल बॉम्बे ते इत्थे लैण आए ताडे कोल जुत्ती? असीं आप बनाने आ जी, आप। हां जी, आप ओरिजिनल तैयार करदे आ जी। हां जी, जिहड़ी सारी कम करदे आ वर्कर कम करदे आ, ओरिजिनल आप तैयार करदे आ, वधिया हाथ दी। हां जी, प्योर लैदर दी बनाने आ। हां जी, कोई गत्ता गुत्ता नहीं लगदा। हां जी हां जी हां जी, ਸਾਡੇ ਕੋਲ ਇੱਕ ਨੰਬਰ ਚੀਜ਼ ਬਣੇਗੀ। ਅੱਛਾ, ਸਾਡੇ ਕੋਲ ਬਹੁਤ ਦੂਰ ਦੂਰ ਤੋਂ ਗਾਹਕ ਆਉਂਦੇ। ਹਾਂ ਜੀ, ਤੁਸੀਂ ਕਹਿੰਦੇ ਪਿਓਰ ਲੈਦਰ ਆ? ਪਿਓਰ ਲੈਦਰ, ਜਿੱਦਾਂ ਲੋਕੀ ਬਾਜ਼ਾਰ ਚ ਕਹਿ ਦਿੰਦੇ ਵੀ ਇਹ ਪਿਓਰ ਲੈਦਰ ਆ, ਪਰ ਹੁੰਦੀ ਨਹੀਂ, ਇਹ ਜਿੱਥੋਂ ਮਰਜ਼ੀ ਟੈਸਟ ਕਰਾੜੀ ਲੈਬ ਚੋਂ। ਮਹਾਰਾਜ ਜਿੱਥੋਂ ਮਰਜ਼ੀ ਕਰਾਓ ਭਾਜੀ। ਹਾਂਜੀ, ਸਾਡੇ ਕੋਲ ਗੱਤਾ ਗੁੱਤਾ ਨਹੀਂ ਲੱਗਦਾ। ਉਹ ਨਹੀਂ ਜੇ ਪਾਈ ਤੇ ਚਾਰ ਦਿਨ ਤੇ ਜੁੱਤੀ ਖਿਲਰ ਗਈ। ਹਾਂਜੀ, ਸਾਡੇ ਕੋਲ ਓਰਿਜਨਲ। ਹਾਂਜੀ, ਕਿਹੜੀ ਕਿਹੜੀ ਜੁੱਤੀ ਹੁੰਦੀ ਭਾਜੀ, ਵਿਖਾਓ ਕੁਛ ਸਾਨੂੰ। ਕਾ ਲੈਦਰ ਦੀ ਜੁੱਤੀ ਹੁੰਦੀ? ਹਾਂਜੀ, ਠੀਕ ਹੈ, ਰੱਖੋ ਤੁਸੀਂ ਆਪਣੇ। ਇੱਕ ਆ ਪਾਕਿਸਤਾਨੀ ਜੁੱਤੀ ਹੁੰਦੀ ਹੈ। ਹਾਂਜੀ, ਪਾਕਿਸਤਾਨੀ ਜੁੱਤੀ ਦਾ ਭਾਜੀ ਕੀ ਰੇਟ ਆ? ਪਾਕਿਸਤਾਨੀ 1200 ਰੁਪਏ ਦੀ ਜੁੱਤੀ। ਹਾਂਜੀ, 1200 ਰੁਪਏ ਦੀ ਹੈ। ਤੇ ਇਹਦਾ? ਇਹ 650 ਰੁਪਏ ਦੀ। ਇਹ ਪਿਓਰ ਖੱਲ ਦੀ ਜੁੱਤੀ ਹੈ। ਪਿਓਰ ਖੱਲ ਦੀ? ਖੱਲ ਦੀ, ਪਿਓਰ ਬੱਕਰੇ ਦੀ ਖੱਲ ਦੀ ਜੁੱਤੀ ਹੈ। ਹਾਂਜੀ ਹਾਂਜੀ, ਠੀਕ ਆ, ਜਿੱਥੋਂ ਮਰਜ਼ੀ ਵਿਖਾ ਸਕਦੇ ਆ, ਜਿੱਥੇ ਮਰਜ਼ੀ। ਮਹਾਰਾਜ ਚੈਲੰਜ ਹੈ, ਇਸ ਚੀਜ਼ ਦੀ ਗਰੰਟੀ ਲੈਨੇ ਤੁਸੀਂ? ਮਹਾਰਾਜ ਸਾਡੀ ਜੁੱਤੀ 3-3 ਸਾਲ 4-4 ਸਾਲ ਕੱਢਦੀ ਹੈ। ਹਾਂਜੀ, ਜੁੱਤੀਆਂ ਬਣਾ ਕੇ ਨੀ ਰੱਖੀਆਂ ਤੁਸੀਂ, ਦੱਸਣ ਦੇ ਵੀ ਮੈਂ ਆਰਡਰ ਤੇ ਤਿਆਰ ਕਰਦਾ। ਦੇਖੋ ਮਟੀਰੀਅਲ ਪਿਆ 500 ਜੁੱਤੀ ਸੀਨ ਵਾਲੀ ਪਈ। ਹਾਂਜੀ, ਉਹ 500 ਜੁੱਤੀ ਸੀਨ ਵਾਲੀ ਪਈ ਆ। ਹਾਂਜੀ, ਕਾਰੀਗਰ ਛੁੱਟੀ ਤੇ ਮੇਰਾ। ਹਾਂਜੀ ਹਾਂਜੀ, ਆਹ ਭਾਜੀ ਹੁਣਾਂ ਦਾ ਮਟੀਰੀਅਲ ਪਿਆ ਦੇਖ ਸਕਦੇ ਆ। 500 ਜੁੱਤੀ ਪਈ ਆ ਸੀਨ ਵਾਲੀ, ਸਾਡੇ ਕੋਲ ਤਾਂ ਆਰਡਰ ਤੇ ਜੁੱਤੀ ਤਿਆਰ ਹੁੰਦੀ ਹੈ ਸਾਰੀ। ਹਾਂਜੀ, ਜਿੱਦਾਂ ਦੀ ਗਾਹਕ ਚਾਹੇ। ਮਹਾਰਾਜ ਜਿਹੜੀ ਚੀਜ਼ ਮੰਗ ਲਈ ਨਾ ਉਹੀ ਬਣੇਗੀ ਸਰ। ਹਾਂਜੀ ਹਾਂਜੀ, ਲੈਦਰ ਪਿਓਰ ਦੇ ਵਿੱਚ, ਤਿੱਲੇ ਵਾਲੀ ਸਿੰਪਲ, ਜਿਹੜੀ ਮਰਜ਼ੀ। ਪਾਕਿਸਤਾਨੀ ਵੀ ਹੁੰਦੀ ਤੁਹਾਡੇ ਕੋਲ? ਪਾਕਿਸਤਾਨੀ ਉਹ ਤਿੱਲੇ ਦੀ ਪਈ। ਹਾਂਜੀ ਹਾਂਜੀ, ਠੀਕ ਹੈ। ਪਾਕਿਸਤਾਨ ਤੋਂ ਕਹਿੰਦੇ ਭਾਜੀ ਤਿੱਲਾ ਤਿਆਰ ਹੋ ਕੇ ਆਉਂਦਾ, ਬਾਕੀ ਸਾਰੇ ਤੁਸੀਂ ਆਪ ਕਰਦੇ ਤਿਆਰ? ਅਸੀਂ ਆਪ ਓਰਿਜਨਲ ਫਿਰ ਉਹਨੂੰ ਤਿਆਰੀ ਚ ਕਰਦੇ ਹਾਂ। ਹਾਂਜੀ ਹਾਂਜੀ ਹਾਂਜੀ, ਉਹ ਪੰਨੇ ਆਉਂਦੇ ਆ ਨਾ। ਹਾਂਜੀ, ਫਿਰ ਉਹਨੂੰ ਤਿਆਰ ਕਰਦੇ ਆ। ਹਾਂਜੀ ਭਾਈ, ਹੱਥੀ ਆਪ ਕੰਮ ਆਪ ਕਰਦੇ ਤੁਸੀਂ ਸਾਰਾ? ਕੰਮ ਹੱਥੀ ਕਰਦੇ ਸਾਰਾ, ਟੋਟਲੀ ਆਪ। ਹਾਂਜੀ, ਸਾਡੇ ਕੋਲ ਕੋਈ ਰੈਡੀਮੇਡ ਕੰਮ ਨਹੀਂ ਹੈ। ਠੀਕ ਆ ਭਾਜੀ, ਕਿੰਨੇ ਸਾਲ ਪੁਰਾਣੀ ਦੁਕਾਨ ਤੁਹਾਡੀ ਹੈ? ਘੱਟ ਤੋਂ ਘੱਟ ਜੀ 35 ਸਾਲ ਪੁਰਾਣੀ ਹੈ। ਹਾਂਜੀ, ਤੁਹਾਡਾ ਖਾਨਦਾਨੀ ਕੰਮ ਹੈ? ਇਹ ਕੰਮ ਕਰਦੇ। ਹਾਂਜੀ, ਤੁਹਾਡੇ ਤੋਂ ਪਹਿਲਾਂ ਤੁਹਾਡੇ ਫਾਦਰ ਸਾਹਿਬ ਹੁੰਦੇ ਨੇ? ਪਹਿਲਾਂ ਇਹ ਨਹੀਂ, ਇਹ ਕੰਮ ਮੈਂ ਹੀ ਕਰਦਾ ਸੀ, ਸਾਡੇ ਫਾਦਰ ਸਾਹਿਬ ਤੋਂ ਬਚਪਨ ਤੇ ਗੁਜ਼ਰ ਗਏ ਸੀ। ਅੱਛਾ, ਹਾਂਜੀ ਅੱਛਾ ਅੱਛਾ, ਠੀਕ ਆ ਭਾਈ। ਟਾਈਮਿੰਗ ਦੱਸ ਦਿਓ ਇੱਕ ਵਾਰੀ ਦੁਕਾਨ ਦੀ, ਕਿੰਨੇ ਤੋਂ ਕਿੰਨੇ ਆਉਂਦੇ ਤੁਸੀਂ ਦੁਕਾਨ ਤੇ? ਮੇਰਾ ਟਾਈਮ ਜੀ, ਪਹਿਲਾਂ ਤਾਂ ਮੈਂ ਦਰਗਾਹ ਤੇ ਜਾਂਦਾ ਸੇਵਾ ਕਰਨ। ਹਾਂਜੀ, ਸਵੇਰੇ 6 ਵਜੇ। ਹਾਂਜੀ, ਤੇ ਫਿਰ ਮੈਂ ਆ ਗਿਆ 6:30 ਵਜੇ ਦੁਕਾਨ ਤੋਂ। 6:30 ਤੋਂ ਕਿੰਨੇ ਵਜੇ ਤੱਕ? ਫਿਰ ਰਾਤ ਨੂੰ 7:30 ਵਜੇ ਤੱਕ। ਹਾਂਜੀ, 7:30 ਵਜੇ ਤੱਕ। ਛੁੱਟੀ ਵੀ ਕੋਈ? ਛੁੱਟੀ ਮੈਂ ਤਾਂ ਨਹੀਂ ਛੁੱਟੀ ਕੀਤੀ ਭਾਜੀ ਕੱਲ੍ਹ। ਅੱਛਾ, ਮੈਂ ਨਹੀਂ ਕਰਦਾ ਛੁੱਟੀ। ਅੱਛਾ, ਛੁੱਟੀ ਨਹੀਂ ਕਰਦੇ? ਹਾਂ, ਛੁੱਟੀ ਨਹੀਂ ਕਰਦਾ, ਮੇਰੇ ਵਰਕਰ ਕਰ ਲੈਂਦੇ ਆ। ਹਾਂਜੀ, ਮੈਂ ਤਾਂ ਬਸ ਕੰਮ ਵਾਲੇ ਜਾ ਰਿਹਾ। 365 ਤੇ 65 ਦਿਨ ਆਉਣਾ ਹੀ ਆਉਣਾ, ਛੁੱਟੀ ਕੋਈ ਨਹੀਂ। ਠੀਕ ਆ, ਦੁਕਾਨਾਂ ਤੇ ਭਰੀਆਂ ਪਈਆਂ ਦੁਕਾਨਾਂ, ਫਿਰ ਉਹ ਲਿਆ ਕੇ ਦੇ ਦੇਣਾ ਸੀ, ਲਿਆ ਕੇ ਦੇ ਦੇ। ਅੱਛਾ, ਤੁਸੀਂ ਹੱਥੀ ਤਿਆਰ ਕਰਦੇ? ਹੱਥੀ ਤਿਆਰ ਕਰਦੇ। ਹਾਂਜੀ, ਜਿਹੜੀ ਮਰਜ਼ੀ ਚੀਜ਼ ਕੁਆਲਿਟੀ ਤਿਆਰ ਕਰਵਾ। ਹਾਂਜੀ, ਜਿੱਦਾਂ ਵੀ ਗਾਹਕ ਕਵੇ।
ਮੈਂ ਕਹਿੰਦਾ ਗਾਹਕ ਭਾਜੀ ਬੜੀ ਦੂਰ ਦੂਰ ਤੋਂ ਆਉਂਦੇ ਆ। ਹਾਂਜੀ ਚੰਡੀਗੜ੍ਹ ਜਲੰਧਰ ਲੁਧਿਆਣਾ ਅੰਮ੍ਰਿਤਸਰ ਹਾਂਜੀ ਚਟਾਵਾਂ ਹਾਂਜੀ 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 ਬੜੀ ਦੂਰ ਦੂਰ ਹਾਂਜੀ ਇੱਧਰ ਸਾਰੇ ਪਿੰਡਾਂ ਦੇ ਪਿੰਡ ਸਾਡੇ ਕੋਲ ਲੱਗੇ ਹੈਗਾ। ਹਾਂਜੀ ਆ ਲਾਗੇ ਪਿੰਡ ਆ ਨਾ ਇੱਧਰੋਂ ਨਿਕਲ ਜਾਓ ਆਪਣਾ ਚੋਲਾ ਸਰਿਆਲੀ ਗੰਡੀ ਪਿੰਡ ਰੱਤੇ ਗੁੱਦੇ ਹਾਂਜੀ ਤਰੀਕਾ ਹਾਂਜੀ ਹਾਂਜੀ ਮੱਗੂ ਹਾਂਜੀ ਇੱਧਰ ਫਿਰ ਆ ਜਾਓ ਕੋਟ ਦਾਤਾ ਕੋਟ ਬੁੱਢਾ ਕੋਟ ਸੀਤੋ ਪਿੰਡ ਹਾਂਜੀ ਇੱਧਰੋਂ ਫਿਰ ਖੇਮਗਰਨ ਮਿੱਦੀਪੁਰ ਖੇਮਗਰਨ ਹਾਂਜੀ ਮੱਗੂ ਕੋਟੀ ਅਮਰਕੋਟ ਭਿੱਖੀ ਪਿੰਡ ਹਾਂਜੀ ਗਾਹਕ ਲੱਗੇ ਭਾਜੀ। ਹਾਂਜੀ ਠੀਕ ਹੈ ਭਾਜੀ। ਭਾਜੀ ਇੱਕ ਹੋਰ ਚੀਜ਼ ਦੱਸੋ ਨਕਲੀ ਚਮੜੇ ਦੀ ਜੁੱਤੀ ਤੇ ਅਸੀਂ ਅਸਲੀ ਚਮੜੇ ਦੀ ਜੁੱਤੀ ਵਿੱਚ ਫਰਕ ਕੀ ਆ? ਫੜ ਲਓ ਜੁੱਤੀ ਤੇ ਮਾਰਾ ਵਜਨ ਹੀ ਦੱਸੂਗੀ ਭਾਜੀ। ਅੱਛਾ ਜੁੱਤੀ ਦੱਸੂਗੀ ਭਾਜੀ। ਅੱਛਾ ਇਹਦੇ ਵਜਨ ਤੋਂ ਪਤਾ ਲੱਗਦਾ? ਵਜਨ ਤੋਂ ਪਤਾ ਉਹਦੇ ਜਿਹੜੀ ਲੇਡੀ ਜੁੱਤੀ ਹੈ ਨਾ ਹਾਂਜੀ ਲੇਡੀ ਜੁੱਤੀ ਦੀ ਅੰਦਰ ਪਿੱਲੂ ਭਰਿਆ ਹੁੰਦਾ। ਹਾਂਜੀ ਸਪੰਜ ਭਰੀ ਹੁੰਦੀ ਟਾਕੀ। ਹਾਂਜੀ ਉਹ ਹੁੰਦੀ ਗੱਤਾ ਲੱਗਾ। ਅੱਛਾ ਉਹ ਗੱਤਾ ਲੱਗਾ ਹੁੰਦਾ ਜੇ ਜੇ ਸਪੰਜ ਨਹੀਂ ਸਮਝ ਲਓ ਉਹ ਲੈਦਰ ਆ। ਉਹ ਵੀ ਹਲਕੇ ਭਾਰੀ ਬੰਦੇ ਆ ਨਾ ਉਹ ਰੈਡੀਮੇਡ ਆ। ਅੱਛਾ ਉਹਨਾਂ ਦੇ ਇੱਕ ਬ੍ਰਾਂਡ ਆ ਜੁੱਤੀ। ਹਾਂਜੀ ਹੁਣ ਮੈਂ ਤੁਹਾਨੂੰ ਕਹਿ ਹੀ ਦਿੱਤਾ ਵੀ ਭੈਣ ਜੀ ਉਹ ਪਾ ਕੇ ਦੇਖਣੇ ਤੇ ਫੇਰ ਹੀ ਪਤਾ ਲੱਗੂ। ਹਾਂਜੀ ਠੀਕ ਆ ਇੱਕ ਨੰਬਰ ਕੁਆਲਿਟੀ ਇੱਕ ਨੰਬਰ ਕੁਆਲਿਟੀ ਠੀਕ ਆ। ਭਾਜੀ ਕਿਸੇ ਗਾਹਕ ਨੇ ਤੁਹਾਡੇ ਕੋਲ ਜੁੱਤੀ ਲੈਣੀ ਹੈ ਤੇ ਕਿੱਥੇ ਆਉਣਾ ਪਊਗਾ? ਐਡਰੈਸ ਦੱਸ ਦਿਓ ਇੱਕ ਵਾਰੀ। ਐਡਰੈਸ ਆ ਵੇਖੋ ਇੰਦਰਸ਼ਾਹੀ ਕਰਿਆਨੇ ਵਾਲੀ ਦੁਕਾਨ ਹੈ ਉਹ ਕਿਸੇ ਬੈਂਕ ਦੇ ਲਾਗੇ ਇੱਧਰ ਆ ਜਾਓ ਅਗਲੇ ਬੰਨੇ ਮੇਨ ਬਸ ਸੁੰਦਰ ਮਾਰਕੀਟ ਪੈਂਦੀ ਹੈ ਪੁਰਾਣੀ। ਹਾਂਜੀ ਸੁੰਦਰ ਮਾਰਕੀਟ ਦੇ ਲਾਗੇ ਪੈਂਦੀ ਹੈ ਦੁਕਾਨ। ਹਾਂਜੀ ਇਹ ਪੁਰਾਣੀ ਹੈ ਜੀ ਸੁੰਦਰ ਮਾਰਕੀਟ ਆ। ਹਾਂਜੀ ਗਾਹਕ ਨੇ ਜੇ ਜੁੱਤੀ ਲੈਣੀ ਤੇ ਇੱਥੋਂ ਹੀ ਆਉਣਾ ਪਊਗਾ। ਹਾਂਜੀ ਠੀਕ ਆ। ਦੋਸਤੋ ਜੇ ਤੁਸੀਂ ਪਾਕਿਸਤਾਨੀ ਜੁੱਤੀ ਪੰਜਾਬੀ ਜੁੱਤੀ ਪਿਓਰ ਲੈਦਰ ਦੀ ਜੁੱਤੀ ਜਿੱਦਾਂ ਕਿ ਭਾਜੀ ਦੱਸ ਰਹੇ ਆ ਲੈਣਾ ਚਾਹੁੰਦੇ ਜੇ ਸਾਡੀ ਭਾਜੀ ਕੋ ਭਾਜੀ ਹੁਣਾਂ ਨੂੰ ਇੱਕ ਵਾਰੀ ਪੱਟੀ ਤਹਿਸੀਲ ਦੇ ਵਿੱਚ ਦਰਸ਼ਨ ਜ਼ਰੂਰ ਦਿਓ। ਇਹ ਗਰੰਟੀ ਲੈਂਦੇ ਆ ਕਹਿੰਦੇ ਸਾਡਾ ਕੋਈ ਲੈਦਰ ਨਕਲੀ ਸਾਬਤ ਕਰਦੇ ਅਸੀਂ ਦੇਣਦਾਰ ਆ। ਹਾਂਜੀ ਠੀਕ ਆ। ਚਲੋ ਕਸਟਮਰ ਆਏ ਆ ਜਿਹੜੇ ਬੁਜ਼ੁਰਗ ਇਹ ਅਮਰਸਰ ਆਏ ਗੋਲਵੜੋ। ਹਾਂਜੀ ਇਹ ਗੋਲਵੜੋ ਆਏ ਆ ਜੁੱਤੀ ਬੰਨੀ ਕਿਸੇ ਨਾਲ। ਓਕੇ ਭਾਈ ਜਲਸੇ ਵੀ ਹੁੰਦੇ ਤੁਹਾਡੇ ਕੋਲ? ਕਿ ਜਲਸੇ ਨਹੀਂ ਹੁੰਦੇ ਸਰ ਜੀ ਉਹ ਰੈਡੀਮੇਡ ਹੀ ਹੁੰਦਾ ਸਾਰਾ ਮਾਲ। ਉਹ ਅੱਛਾ ਉਹ ਰੈਡੀਮੇਡ ਹੀ ਉਹ ਕਹਿ ਦਿੰਦੇ ਲੈਦਰ ਦਾ ਹੁੰਦਾ ਨਹੀਂ ਉਹ ਕਿੱਥੇ ਦੇਣਾ ਨਾ ਅਸਲੀ ਜਲਸਾ ਲੈਦਰ ਦਾ ਸੌਫਟੀ ਦਾ ਬੰਦਾ 500 ਰੁਪਏ ਦਾ। ਹਾਂਜੀ ਠੀਕ ਹੈ ਇਹ ਦੇਸੀ ਜਲਸੇ ਆ। ਹਾਂਜੀ ਹਾਂਜੀ ਸਾਡੇ ਕੋਲ ਐਵੇਂ ਤੁਹਾਨੂੰ ਕਹੀਏ ਸਾਡੇ ਕੋਲ ਤਾਂ ਜੁੱਤੇ ਆ ਰਿਜਨਲ। ਹਾਂਜੀ ਦੋਸਤੋ ਜੁੱਤੀਆਂ ਵਰਾਇਟੀ ਭਾਜੀ ਨੇ ਲਿਮਿਟਡ ਹੀ ਰੱਖੀ ਆ। ਇਹ ਕਹਿੰਦੇ ਵੀ ਆਰਡਰ ਤੇ ਹੀ ਤਿਆਰ ਕਰਦੇ ਆ ਇਹ ਜ਼ਿਆਦਾ ਇਹਨਾਂ ਨੇ ਖਲਾਰਾ ਨਹੀਂ ਪਾਇਆ ਇਹਨਾਂ ਦੁਕਾਨ ਤੇ ਵੀ ਕਹਿੰਦੇ ਆਰਡਰ ਆ ਜਾਂਦੇ ਆ ਜਿਸ ਤਰ੍ਹਾਂ ਦੀ ਗਾਹਕ ਨੂੰ ਲੋੜ ਹੁੰਦੀ ਉਸ ਤਰ੍ਹਾਂ ਦੀ ਕਸਟਮਾਈਜ਼ ਕਰਕੇ ਦੇ ਦਿੰਦੇ ਆ ਜਿਸ ਤਰ੍ਹਾਂ ਦੀ ਗਾਹਕ ਦੀ ਡਿਮਾਂਡ ਹੁੰਦੀ ਆ ਜਿਸ ਤਰ੍ਹਾਂ ਦੀ ਮਰਜ਼ੀ ਬਣਵਾ ਲਓ। ਹਾਂਜੀ ਜਿੱਦਾਂ ਦੀ ਤੁਹਾਡਾ ਦਿਲ ਕਰਦਾ ਨਾ ਉਹੀ ਚੀਜ਼ ਤਿਆਰ ਹੋ ਜਾਂਦੀ। ਹਾਂਜੀ ਠੀਕ ਆ ਧੰਨਵਾਦ ਭਾਈ ਤੁਸੀਂ ਟਾਈਮ ਦਿੱਤਾ ਸਾਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਧੰਨਵਾਦ।